ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਿਆਮ ਸਟੱਡੀ ਵੀ ਵਿਦ ਜੋਬ ਅਲਰਟ ਤੇ ਅਸੀਂ ਦੀ ਲੇਟੈਸਟ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਬੀਏ ਟੈਟ ਪਾਸ ਜੁਨੀਅਨ ਦੀ ਜੋ ਮੁੱਖ ਮੰਤਰੀ ਨਾਲ ਮੀਟਿੰਗ ਬਾਰੇ ਅਪਡੇਟ ਆਈ ਹੈ ਪੱਤਰ ਜਾਰੀ ਕੀਤਾ ਗਿਆ ਹੈ ਪੂਰੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਡੇਲੀ ਇਸੇ ਤਰ੍ਹਾਂ ਤੁਹਾਨੂੰ ਅਪਡੇਟ ਸਮੇਂ ਸਿਰ ਮਿਲਦੀ ਰਹੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਵਾਲ ਤੇ ਪ੍ਰੈਸ ਜਰੂਰ ਕਰ ਲਿਓ ਤਾਂ ਸ਼ੇਅਰ ਕਰਦੇ ਹਾਂ ਜੀ ਪੂਰੀ ਜਾਣਕਾਰੀ ਤਾਂ ਇਹ ਜੋ ਪੱਤਰ ਜੋ ਜਾਰੀ ਕੀਤਾ ਗਿਆ ਹੈ ਦਫ਼ਤਰ ਡਿਪਟੀ ਕਮਿਸ਼ਨਰ ਸੰਗਰੂਰ ਦੇ ਵੱਲੋਂ ਤੇ ਮੀਟਿੰਗ ਦੇ ਸਬੰਧ ਵਿੱਚ ਸੂਬਾ ਪ੍ਰਧਾਨ ਪੀਆ ਟੈਟ ਪਾਸ ਬੇਜ਼ਗਾਰ ਅਧਿਆਪਕ ਜੂਨੀਅਨ ਪੰਜਾਬ ਤਾਂ ਮੀਟਿੰਗ ਕਰਵਾਉਣ ਦੇ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਉਪਰੋਕਤ ਵਿਸ਼ੇ ਸੰਬੰਧੀ ਆਪ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਪ ਜੀ ਦੀਆਂ ਮੰਗਾਂ ਸੰਬੰਧੀ ਮੀਟਿੰਗ ਸ੍ਰੀ ਨਵਰਾਜ ਸਿੰਘ ਪੀਸੀਐਸ ਡਿਪਟੀ ਪ੍ਰਿੰਸੀਪਲ ਸਕੱਤਰ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ 29 6 2022 ਨੂੰ ਦੁਪਹਿਰ 2:00 ਵਜੇ ਰਹਿਸ਼ ਮੁੱਖ ਮੰਤਰੀ ਪੰਜਾਬ ਚੰਡੀਗੜ੍ਹ ਵਿਖੇ ਉਹਨਾਂ ਦੇ ਦਫ਼ਤਰ ਵਿਖੇ ਨਿਸ਼ਚਿਤ ਹੈ ਜਿਹੜੀ ਕੀਤੀ ਗਈ ਹੈ ਸੋ ਇਹ ਪੱਤਰ ਜਿਹੜਾ ਵਾਇਰਲ ਹੋ ਰਿਹਾ ਹੈ ਰੀਅਲ ਹੈ ਜਾਂ ਫੇਕ ਹੈ ਇਸ ਬਾਰੇ ਹਜੇ ਕੁਝ ਨਹੀਂ ਕਹਿ ਸਕਦੇ 100% ਰੀਅਲੀ ਹੋਵੇ ਇਸਤੇ ਹੀ ਕਹਾਂਗੇ ਕਿਉਂਕਿ ਕਾਫੀ ਸਮੇਂ ਤੋਂ ਬੇਜ਼ੁਗਾਰ ਅਧਿਆਪਕ ਹੈ ਜੂਨੀਅਨ ਹੈ ਜਿਹੜੀਆਂ ਉਹ ਸੰਘਰਸ਼ ਕਰ ਰਹੀਆਂ ਨੇ ਪੋਸਟਾਂ ਪੈਂਡਿੰਗ ਪਈਆਂ ਨੇ ਜੁਆਇਨਿੰਗ ਲੈਟਰ ਪੈਂਡਿੰਗ ਪਏ ਨੇ ਪੋਸਟਾਂ ਇਨਕਰੀਜ਼ ਕਰਨ ਲਈ ਸੰਘਰਸ਼ ਕੀਤਾ ਜਾ ਰਿਹਾ ਸੋ ਬਾਕੀ ਇਹ ਦੇ ਰਿਗਾਰਡਿੰਗ ਅੱਗੇ ਜੋ ਅਪਡੇਟਸ ਹੋਣਗੇ ਨਾਲ ਦੀ ਨਾਲ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਚੈਨਲ ਨਾਲ ਜੁੜੇ ਰਹੋ ਧੰਨਵਾਦ